ਦੋਸਤੋ ਅਗਰ ਤੁਸੀਂ ਠੀਕ ਠਾਕ ਦੇ ਉਤੇ ਬੈਲੇ ਦੇ ذریعے سیم ਦੇ ذریعے ਕੋਈ ਗਿਨਣ ਚਾਹਦੇ ਹੋ ਲੇਕਿਨ سیم ਜਿਹੜੀ ਲੱਗੀ ਖੜੀ ਹੈ ਉਹ ਤੁਹਾਡੇ ਮੋਬਾਈਲ ਦੇ ਵਿੱਚ ਵੀ ਨਹੀਂ ਅਨਵੇਲੇਬਲ ਹੁੰਦੀ ਵੀ ਹੈ ਠੀਕ ਹੈ ਲੇਕਿਨ ਤੁਸੀਂ ਉਹ سیم ਲੈਸੋ ਜਿਹੜੀ سیم ਦੇ ਤੁਸੀਂ ਆਪਣਾ ਟਿਕਟਾਕ ਦੇ ਤੋਂ ਕੋਈ ਗਿਨਣ ਚਾਹਦੇ ਹੋ ਤੁਸੀਂ ਮੈਥਡ ਚੇਂਜ ਵੀ ਕਰ ਸਕਦੇ ਹੋ ਮੈਂ ਤੁਹਾਡੇ ਸਾਹਮਣੇ ਕਰੀ ਸਾਂ ਸਕਰੀਨ ਤੇ ਤੁਹਾਨੂੰ ਦਿਖਾ ਪਿਆ ਹੋਸੀ ਠੀਕ ਹੈ ਤੁਸੀਂ ਜਿਹੜੀ ਦੇਲਾ ਕੇ ਚਾਹੇ ਪਾਕਿਸਤਾਨੇ ਬੈਠੇ ਹੋਵੇ 사ऊदी ਬੈਠੇ ਹੋਵੇ ਦੁਬਈ ਬੈਠੇ ਹੋਵੇ ਜਿਹੜੀ ਦੇਲਾ ਕੇ سیم ਤੁਸੀਂ ਲਾਤਨਾ टिकटाक जे उते बैलेंस जे थ्रू कोई न घणी وے या तुसां प्ले स्टोर जेनी की बाए करणु चाहंदव उहो बि तन सघंदो इनशा ही वीडियो ॾेखण जे बाद में सारा तरीक़ा ॾिसेसां त बैलेंस ते सिमसी चाहे ज़ेन जी मोबाइल सवाइ कोई सिम बि तुसां लाक न इनशा तड करे सो सिम कुड करण तरीक़ा ॾिसेसां सिम चेंज करणु चाहंदव ਬੀ ਸੈਮ ਦੇ ਉੱਤੇ ਬੈਲੈਂਸ ਕਰੇ ਤਾਂ ਬੀ ਸੈਮ ਦੇ ਉੱਤੇ ਤੁਸੀਂ ਠੀਕ ਠਾਕ ਦੇ ਕੋਇਨ ਘਿਨੋ ਜਾਂ ਪਲੇ ਸਟੋਰ ਦੇ ਉੱਤੇ ਕੋਈ ਸ਼ਾਇ ਬੈ ਕਰੋ ਤੁਸੀਂ ਘਿਨ ਸਕਦੇ ਹੋ ਇਨਸ਼ਾਅੱਲਾ ਵੀਡੀਓ ਨੂੰ ਮੁਕੰਮਲ ਲਿਖ ਸੋ ਜੁਲਦੇ ਸੇ ਮੋਬਾਈਲ ਦੀ ਸਕਰੀਨ ਦੇ ਉੱਤੇ ਆਪਣਾ ਠੀਕ ਠਾਕ ਦੇ ਉੱਤੇ ਜ਼ਰੂਰੀ ਕਹਿੰਦੀ ਤੁਹਾਡੇ ਨੇ ਕ੍ਰੈਡਿਟ ਕਾਰਡ ਕਾ ਨਹੀਂ ਤਾਂ ਬੈਲੈਂਸ ਦੇ ਜ਼ਰੂਰੀ ਤੁਸੀਂ ਆਪਣਾ ਕੰਮ ਕਰ ਘਿਨ ਸੋ ਇਨਸ਼ਾਅੱਲਾ ਠੀਕ ਹੈ ਜੀ ਲੋ ਮੋਬਾਈਲ ਦੀ ਸਕਰੀਨ ਦੇ ਉੱਤੇ ਭਾਈ ਠੀਕ ਠਾਕ ਉਹ ਓਪਨ ਕਰਨ ਦੇ ਪੈਸੇ ਔਰ ਪ੍ਰੋਫਾਈਲ ਤੇ ਕਲਿੱਕ ਕਰਨ ਦੇ ਪੈਸੇ 3 ਡਾਟ ਤੇ ਉੱਤੇ ਕਲਿੱਕ ਕਰਨ ਦੇ ਪੈਸੇ ਔਰ ਬੈਲੈਂਸ ਦੇ ਉੱਤੇ ਕਲਿੱਕ ਕਰਨ ਦੇ ਪੈਸੇ अच्छा उंदे बाद कॉइन दी तालिका अड़ी था कलेक्ट करने पैसे ठीक है और ओपन थिन अप अच्छा जी ए आगनी तो कॉइन बंदा यानी कि घिंदे कोई बंदा भी उ ज्यादा ते कलेक्ट कर जितना तो जरूरत जितना थोड़ी सेम है पैसे ठीक है अच्छा दे दे कोई पेमेंट मेथड ऐड करनी था अगड़ा, ना कोई सेम शोती शो नहीं पिए ठीक है हर शायद तो देख न तोरे सामने वे, और ही अकाउंट देते सेम असा ऐड करे सो ठीक है जेरी सेम जेरे मुल्क दे विच रहंदे पावे ਪਹਿਲੇ ਪਹਿਲੇ ਸੈਟਿੰਗ ਦੇ ਉੱਤੇ ਕਲਿੱਕ ਕਰੇ ਸੋ ਜਾਂ ਮੋਬਾਈਲ ਦੀ ਹਰ ਮੋਬਾਈਲ ਦੀ ਆਪਣੀ ਸੈਟਿੰਗ ਹੁੰਦੀ ਹੈ ਠੀਕ ਹੈ ਹਰ ਮੋਬਾਈਲ ਦੀ ਆਪਣੀ ਸੈਟਿੰਗ ਹੁੰਦੀ ਹੈ ਤੁਸੀਂ ਦੇਖੀ ਨੋ ਔਰ ਜੇਰੀ ਜਾਦ ਉੱਤੇ ਇਹ ਤਲੇ ਉਸੋ ਪਏ ਅੱਛਾ ਜੀ ਤਲੇ ਵੇ ਤਲੇ ਦੋਸਤੋ ਅੱਛਾ ਜੇਰਾ ਕੁਝ ਵੀ ਮੈਂ ਕਰੇ ਸਭ ਤੋਂ ਇਹੋ ਕੁਝ ਕਰੇ ਸੋਂਦੇ ਇਹ ਨਾਲ ਦੇ ਨਾਲ ਸੈਟਿੰਗ ਕਰੋ ਤੁਹਾਡੀ ਜਾਨ ਛੁੱਟ ਪਸੀ ਐਪਸ ਮੈਨੇਜਰ ਦੇ ਉੱਤੇ ਠੀਕ ਹੈ ਮੈਨੇਜਮੈਂਟ ਦੇ ਉੱਤੇ ਕਲਿੱਕ ਕਰੇ ਸੋਚਾ ਐਪਸ ਲਿਸਟ ਦੇ ਉੱਤੇ ਕਲਿੱਕ ਕਰੇ ਸੋਚਾ ਤੋਰੀਆ ਜਿਹੜਾ ਵੀ ਮੋਬਾਈਲ ਦੇ ਵਿੱਚ ਐਪਸ ਡਾਊਨਲੋਡੇ ਥੇ ਕਿੜੀ ਜਾਂ ਮੋਬਾਈਲ ਦੇ ਆਪੜਾ ਠੀਕ ਹੈ ਯਕੀਨ ਕਰ ਸੋ ਤੁਹਾਡੀ ਜਾਨ ਛੋਟ ਪੂਸੀ ਪਲੇ ਸਟੋਰ ਦੇ ਉੱਤੇ ਕਲਿੱਕ ਕਰ ਸੋਚਾ ਠੀਕ ਹੈ ਅਚਾ ਇਹਦਾ ਡਾਟਾ ਜੇ ਰਣਾ ਤੁਸੀਂ ਹੁਣ ਕਲੀਅਰ ਕਰਨਾ ਠੀਕ ਹੈ ਇਹਦਾ ਡਾਟਾ ਕਲੀਅਰ ਕਰਨਾ ਸਟੋਰੀ ਲਿਖਿਆ ਕਰ ਜਿਦਾ ਇਥੇ ਕਲਿੱਕ ਕਰ ਸੋਚਾ ਔਰ ਇਹਦਾ ਡਾਟਾ ਤੁਸੀਂ ਕਲੀਅਰ ਕਰ ਲੈ ਸੋ ਜਨਾਬ ਸਾਰੀ ਜ਼ਿੰਦਗੀ ਅੱਲਾਹ ਦੇ ਉੱਤੇ ਜੇਕਰ ਯਕੀਨ ਤੋਗਾ ਬਏ ਤੋ ਕੋ ਇਨਸ਼ਾ ਅੱਲਾ ਬੀ ਵੀਡੀਓ ਦੇਖਣੇ ਜ਼ਰੂਰਤ ਨਹੀਂ ਆਤੀ ਸੀ ਠੀਕ ਹੈ ਡਾਟਾ ਕਲਿਆਰ ਕਰ ਲੈਸੋ ਜਿਹਰੇ ਵੇਲੇ ਡਾਟਾ ਕਲਿਆਰ ਥੀ ਵਿੰਜੇ ਵਾਲ ਜਨਾਬ ਤੁਸਾਂ ਵਾਪਸ ਠੀਕ ਹੈ ਵੀਡੀਓ ਕੋ ਕੱਟ ਨਾ ਲੈਸੋ ਕਿਉਂਕਿ ਦੋਸਤੋ ਮੈਂ ਤਰਾ ਚਾਰ ਦੀ ਵੀਡੀਓ ਦੇ ਉਤੇ ਯਾਨੀ ਕਿ ਮਥਾ ਮਾਰੇ ਮਿਹਨਤ ਕੀਤੀ ਹੁੰਦੇ ਬਾਅਦ ਤੋ ਕੋ ਵੀਡੀਓ ਦੇਣਾ ਪਿਆ ਹਰ ਚੀਜ਼ ਬਣੀ ਜੁੜੀ ਸਿਰਫ ਤੁਸਾਂ ਵੀਡੀਓ ਕੋ ਦੇਖਣੀ ਹੈ ਠੀਕ ਹੈ ਅੱਛਾ ਜੀ ਹੁਣ ਵਾਪਸ ਆਵੇ ਸੋ ਠੀਕ ਹੈ ਹੁਣ ਵਲਾ ਜਨਾਬ ਪਲੇ ਸਟੋਰ ਦੇ ਉੱਤੇ ਆ ਸੋ ਪਏ ਪਲੇ ਸਟੋਰ ਕੋ ਓਪਨ ਕਰੇ ਸੋਚਾ ਠੀਕ ਹੈ ਜੀ ਔਰ ਵਲਾ ਤੁਸੀਂ ਜਨਾਬ ਹੁਣ ਪ੍ਰੋਫਾਈਲ ਦੇ ਉੱਤੇ ਕਲਿੱਕ ਕਰੇ ਸੋਚਾ ਠੀਕ ਹੈ ਹੁਣ ਜਰਨਾ ਪੇਮੈਂਟ ਮੈਥਡ ਦੇ ਉੱਤੇ ਕਲਿੱਕ ਕਰੇ ਸੋ ਵਲਾਈ ਪੇਮੈਂਟ ਮੈਥਡ ਠੀਕ ਹੈ ਇਹਨਾਂ ਤੇ ਕਲਿੱਕ ਕਰਦੇ ਸੋ ਜਨਾਬ ਇਹ ਵੀਡੀਓ ਤੁਸੀਂ ਬਿਲਕੁਲ ਮੁਕੰਮਲ ਲਖ ਸੋ ਅੱਛਾ ਜੀ ਇਹ ਦੇ ਦੇ ਪਾਵੇ ਕੁਇਸ਼ਾ ਵੀ ਸ਼ੋ ਕਰਨੀ ਸੀ ਪੀ ਅੱਛਾ ਤਦ ਲੈ ਸਾਂ ਕਲਿੱਕ ਕਰਨ ਦੇ ਪੈਸੇ ਐਡ ਐਡ ਮੈਥਡ ਦੋ ਤੱਕ ਲੈ ਕੇ ਕਰ ਸਕਦੇ ਪੇਮੈਂਟ ਮੇਥਡ ਹਰ ਰਹਿੰਦੇ ਹੁੰਦੇ ਲੇਕਿਨ ਵਾਲਾ ਵੀ ਕੋਈ ਫਾਇਦਾ ਨਹੀਂ ਜਨਾਬ ਹੁਣ ਤੁਸੀਂ ਮੋਬਾਈਲ ਦੇ ਵਿੱਚ ਦੋ ਸਿਮ ਲਗਾ ਪੈਂ ਤਾਂ ਸਿਮ ਤੁਸੀਂ ਇੱਕ ਕੱਢ ਗਿੰਸੋ ਉਹ ਸਿਮ ਲੈ ਸੋ ਔਰ ਪੈਕੇਜ ਵੀ ਹੁੰਦੇ ਉਤੇ ਹੋਵੇ ਔਰ ਜੇ ਰੀ ਸਿਮ ਦੇ ਉਤੇ ਤੁਸੀਂ ਸੈਟ ਅਪ ਕਰਨ ਚਾਹਦੇ ਹੋ ਯਾਨੀ ਕਿ ਐਡ ਕਰਨ ਚਾਹਦੇ ਹੋ ਠੀਕ ਹੈ ਉਹ ਸਿਮ ਲੈ ਸੋ ਇਨਸ਼ਾਅੱਲਾ ਤੁਸੀਂ ਕੋਈਨ ਗਹਿਣ ਸਕਦੇ ਜੇ ਰੀ ਸਿਮ ਹੁਣ ਜਿਹਦੇ ਪੇ ਮੈਂ ਇੱਕ ਸਿਮ ਕੱਢਦਾ ਪਿਆ ਔਰ ਸਿਮ ਜੇਕਰ ਤੁਹਾਡੀ ਇੱਕ ਲੱਗੀ ਪਈ ਆ ਤਾਂ ਹੁਣ ਕੱਢ ਦੇਣਾ ਨੰਬਰ 1 ਦੇ ਵਿੱਚ 2A ਪਾਓ 2A 2A ਆਪਣਾ 1H ਪਾਓ ਠੀਕ ਹੈ। ਔਰ ਵਲਾ ਸਾ ਹੁਣ SIM ਕਾਰ ਦੀ ਦੇ ਦੁਬਾਰਾ ਵਾਲਾ ਸਾ ਹੁਣ ਦੇ ਪੈਸੇ ਪ੍ਰੋਫਾਈਲ ਦੇ ਉੱਤੇ। ਠੀਕ ਹੈ। ਔਰ ਪੇਮੈਂਟ ਮੈਥਡ ਪੇਮੈਂਟ ਐਂਡ ਸਬਸਕਰਾਈਬਰ ਦੇ ਉੱਤੇ ਕਲਿੱਕ ਕਰਿਓ ਸੋ ਠੀਕ ਹੈ। ਔਰ ਵਲਾ ਮੈਥ ਪੇਮੈਂਟ ਮੈਥਡ ਦੇ ਉੱਤੇ ਕਲਿੱਕ ਕਰਿਓ। ਯਕੀਨ ਕਰ ਸੋ ਇਨਸ਼ਾਅੱਲਾ ਤੁਹਾਡੀ ਜਾਨ ਛੋਟਪੁਜੀ ਸਰੇਕੀ ਦੇ ਵਿੱਚ ਪਹਿਲੀ ਵੀਡੀਓ ਆਂਦੀ ਵੀ ਹੈ। ਅੱਛਾ ਜੀ। ਔਰ ਇਹਦੇ ਪਵੇ ਹੁਣ ਵਲਾ ਵੀ ਹਾਲੀ ਤੱਕ ਸਮ ਐਡ ਕਰਨੀ ਤੇ ਅੱਛਾ ਜੀ ਅਸਾਂ ਹੁਣ ਕੀ ਕਿਤੇ ਸੀ ਜੀਮੇਲ ਨਵੀਂ ਬਣੀ ਐ ਸੇ ਜੀਮੇਲ ਬਣਾ ਦੂਜੀ ਜੀਮੇਲ ਲਈ ਐ ਸੇ ਹੁਣ ਠੀਕ ਹੈ ਜੀਮੇਲ ਨਵੀਂ ਬਣਾ ਕੇ ਦਿੱਤੀ ਲੇਕਿਨ ਵੀਡੀਓ ਮੈਂ ਕੱਟ ਲਈਏ ਜੀਮੇਲ ਹੁਣ ਨਵੀਂ ਅਸਾਂ ਪਲੇ ਸਟੋਰ ਦੇ ਵਿੱਚ ਚੇਂਜ ਕਰਨ ਦੇ ਪੈਸੇ ਤੁਸਾਂ ਦੇ ਦੇ ਪੈਸੋ ਜੀਮੇਲ ਹੁਣ ਚੇਂਜ ਥੀਨੀ ਪਈ ਹੁਣ ਤੁਸਾਂ ਦੇਖਾਏ ਵੀਡੀਓ ਕੋ ਠੀਕ ਹੈ ਜੀ ਅੱਛਾ ਪੇਮੈਂਟ ਐਂਡ ਸਬਸਕ੍ਰਾਈਬਰ ਤੇ ਕਲੈਕਟ ਕਰਸੋ ਵਲਾ ਪੇਮੈਂਟ ਮੈਥਡ ਦੇ ਤੇ ਕਲੈਕਟ ਕਰਸ ਹੁਣ ਤੁਸਾਂ ਦੇਖਾਏ ਇਹ ਦੇ ਦੇ ਪਵੇ ਐਡ ਜ਼ੈਨ ਐਡ ਜ਼ੈਨ ਸèm ਆ ਗਏ ਸ਼ੋ ਥੀ ਗਏ ਅ ਵੀਡੀਓ ਨੂੰ ਤੁਸੀਂ ਮੁਕੰਮਲ ਲੇਖੋ ਸਾਰਾ ਕੁਝ ਕਰੇ ਸੋ ਜਰਾ ਕੁਝ ਮੈਂ ਕੀਤੇ ਠੀਕ ਹੈ ਜਰਾ ਕੁਝ ਮੈਂ ਕੀਤੇ ਬਲਾਈ ਦਾ ਸੇਵ ਦੇ ਉਤੇ ਕਲਿੱਕ ਕਰੇ ਸੋ ਜਾ ਵੀਡੀਓ ਜਨਾਬ ਥੋੜੀ ਲੰਬੀ ਥੀ ਵਿਸੀ ਲੇਕਿਨ ਥੋੜੀ ਸਾਰੀ ਜ਼ਿੰਦਗੀ ਜਾਨ ਛੁੱਟ ਪਈ ਸੀ ਠੀਕ ਹੈ ਅੱਛਾ ਜੀ ਦੇਖੀ ਦੇਵੇ ਉਹ ਉਤੇ ਜ਼ੈਨ ਲੱਗੇ ਉਹ ਦੇਖੀ ਨੋ ਠੀਕ ਹੈ ਅੱਛਾ ਵੀਡੀਓ ਨੂੰ ਤੁਸੀਂ ਬਿਲਕੁਲ ਕੱਟ ਨਾ ਲੇ ਸੋ ਅਜਨ ਮਜ਼ੀਦ ਅਗੂ ਤੇ ਵੀ ਸੈਟਿੰਗ ਵਾਲਾ ਤੁਸੀਂ ਠੀਕ ਠਾਕ ਦੇ ਟੈਸ ਆਫ ਟਿਕ ਟਾਕ ਦੇ ਵਿੱਚ ਵੀ ਸੈਟਿੰਗ ਹੈ ਜਿਹੜੀ ਕਰਨੀ ਹੈ ਉਤਾਂ ਵੀ ਯਾਨੀ ਕਿ ਵਲਾ ਇਨਸ਼ਾ ਅੱਲਾ ਤੁਹਾਡੀ ਸੈਮ ਚੇਂਜ ਕਰਨੀ ਹੈ ਚੇਂਜ ਥੀ ਵੰਦੀ ਹੈ ਬਿਲਕੁਲ ਕੋਈ ਸ਼ੱਕ ਨਹੀਂ ਐਡ ਤੇ ਇਕੜੀ ਤਾਂ ਔਰ ਜਿਹੜੀ ਸੈਮ ਤੁਸੀਂ ਦੇ ਲਗ ਤੁਸੀਂ ਐਡ ਕਰ ਸਕਦੇ ਬੈਲੈਂਸ ਤੇ ਕਲਿੱਕ ਕਰੇ ਸੋ ਠੀਕ ਹੈ ਔਰ ਜਿੱਦ ਤੱਕ ਕੋਇਨ ਲਿਖਾ ਨਹੀਂ ਜਦੋਂ ਕਲਿੱਕ ਕਰੇ ਸੋ ਚਾ ਯਾਨੀ ਕਿ ਤੁਸੀਂ ਕੋਇਨ ਆਪਣੀ ਬੈਲੈਂਸ ਦੇ ਤਰੋ ਗਿਣਨ ਚਾਹੁੰਦੇ ਹੋ ਤਾਂ ਠੀਕ ਹੈ ਔਰ ਵਲਾ ਇਹਦੇ ਤੇ ਪਾਵੇ ਹੁਣ ਇਹ ਆ ਗਏ ਨਤੀਜੇ ਉਹ ਰੀਅਲ ਨਜ਼ਰ ਦੇ ਪੈ ਪਾਕਿਸਤਾਨੀ ਸੈਮਸੀ ਤਾਂ ਪਾਕਿਸਤਾਨੀ ਨਜ਼ਰ ਸਨ ਪੈਸਾ ਠੀਕ ਹੈ ਅੱਛਾ ਜੀ ਔਰ ਇਹ ਦੇ ਗੀ ਨੋ ਇੰਜਾਤੇ ਵਾਲਾ ਐਡ ਜ਼ੈਨ ਦੇ ਤੱਕ ਕਲਿੱਕ ਕਰ ਸੋਦੇ ਪੈਮ ਚ ਜ਼ੈਨ ਲਿਖਿਆ ਗਣੀ ਜਦ ਕਲਿੱਕ ਕਰ ਸੋਚਾ ਬਲਾ ਥੱਲੇ ਇਹ ਹੀ ਜਦ ਜੀ ਤਾਂ ਮੈਂ ਕਲਿੱਕ ਕੀਤੇ ਮੈਂ ਇੱਥਾ ਸਸਾ ਕਲਿੱਕ ਕਰ ਸੋ ਦੋਸਤੋ ਔਰ ਬਲਾਈ ਥਾ ਕਲਿੱਕ ਕਰ ਸੋਚਾ ਔਰ ਵੀਡੀਓ ਕੋ ਸ਼ੇਅਰ ਕਰ ਸੋ ਦੋਸਤਾਂ ਦੇ ਪਟੇ ਸੋ ਆਪਣੀ ਸਿਮ ਦੇ ਉਤੇ ਇਨਸ਼ਾਅੱਲਾ ਤੁਸਾਂ ਦੇਖ ਸਕਦੇ ਹੋ ਇਹਦੇ ਦੇ ਪਵੇ ਬੈਲੈਂਸ ਦੇ ਉੱਤੇ ਤੁਸੀਂ ਸਾਰਾ ਕੰਮ ਕਰ ਸਕਦੇ ਹੋ ਤੁਹਾਡੇ ਦੇ ਪੇ